ਮੇਰੇ ਵਰਗੇ ਇੱਕ ਨਿਮਾਣੇ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ। ਮੈਦਾਨੇ ਜੰਗ ਭਖਿਆ ਹੋਇਆ ਹੈ, ਪਰ ਸਾਡੇ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਜੇ ਕਿਸੇ ਨੇ ਵੀ ਇਲੈਕਸ਼ਨ ਲੜਨੀ ਤੇ ਉਹਨੂੰ ਆਪਣੇ ਨਾਮਜ਼ਦਗੀ ਪੇਪਰ ਜਿਹੜੇ ਹੈ ਉਹ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਕਰਾਉਣੇ ਪੈਂਦੇ। ਅੱਜ ਮੈਂ ਆਪਣੇ ਜਿਹੜੇ ਨਾਮਜ਼ਦਗੀ ਪੇਪਰ ਨੇ ਉਹ ਜਿਹੜੇ ਹੈ ਡਿਪਟੀ ਕਮਿਸ਼ਨਰ ਤਰਨ ਤਾਰਨ ਔਰ ਰਿਟਰਨਿੰਗ ਆਫਿਸਰ ਲੋਕ ਸਭਾ ਹਲਕਾ ਖਡੂਰ ਸਾਹਿਬ ਕੋਲ ਜਮ੍ਹਾਂ ਕਰਵਾ ਦਿੱਤੇ ਨੇ, ਸਤਿਗੁਰਾਂ ਦਾ ਓਟ ਆਸਰਾ ਲੈ ਕੇ ਅਤੇ ਸੰਗਤ ਦਾ ਆਸ਼ੀਰਵਾਦ ਲੈ ਕੇ ਅਤੇ ਆਪਣੇ ਆਪ 'ਤੇ ਭਰੋਸਾ ਆ। ਕਿਉਂਕਿ ਮੈਂ ਤਾਂ ਇੱਕੋ ਗੱਲ ਕਹਿੰਦਾ ਹਾਂ ਕਿ ਭਾਈ ਜੇ ਮੇਰੇ 'ਚ ਤੁਸੀਂ ਸਮਰੱਥਾ ਦੇਖਦੇ, ਜੇ ਮੇਰੇ 'ਚ ਤੁਸੀਂ ਕਾਬਲੀਅਤ ਦੇਖਦੇ ਜੀ, ਜੇ ਤੁਸੀਂ ਮੇਰੇ ਬਾਰੇ ਇਹ ਮਹਿਸੂਸ ਕਰਦੇ ਜੇ ਕਿ ਅੱਜ ਮੇਰੇ ਵਰਗੇ ਦੀ ਆਵਾਜ਼ ਜਿਹੜੀ ਹੈ ਉਹ ਪੰਥ ਅਤੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਲਈ ਪਾਰਲੀਮੈਂਟ ਵਿੱਚ ਗੂੰਜਣੀ ਚਾਹੀਦੀ ਹੈ, ਕਿਉਂਕਿ ਬਹੁਤ ਜ਼ਰੂਰੀ ਹੋ ਗਿਆ ਕਿ ਜਿਸ ਤਰ੍ਹਾਂ ਦੀਆਂ ਕੇਂਦਰ ਦੀਆਂ ਸਰਕਾਰਾਂ ਚਾਹੇ ਪਹਿਲੋਂ ਸੀ ਚਾਹੇ ਹੁਣ ਰਹੀ ਹੈ, ਇਹਨਾਂ ਨੇ ਹਮੇਸ਼ਾ ਹੀ ਪੰਥ ਅਤੇ ਪੰਜਾਬ ਦੇ ਨਾਲ ਹਰ ਪੱਖੋਂ ਧੱਕਾ ਕੀਤਾ ਅਤੇ ਧੱਕੇ ਨੂੰ ਰੋਕਣ ਵਾਸਤੇ ਉੱਥੇ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕਰਨ ਦੀ ਲੋੜ ਹੈ, ਮਜ਼ਬੂਤੀ ਦੇ ਨਾਲ ਆਪਣਾ ਪੱਖ ਰੱਖਣ ਦੀ ਲੋੜ ਹੈ ਔਰ ਉਹਨਾਂ ਦੀ ਜਵਾਬਦੇਹੀ ਬਣਾਉਣ ਦੀ ਲੋੜ ਹੈ, ਔਰ ਜਿਹੜੀ ਪੰਜਾਬ ਦੇ ਨਾਲ ਬੇਇਨਸਾਫੀ ਹੋਈ ਹੈ ਉਹਦਾ ਇਨਸਾਫ ਦਿਵਾਉਣ ਦੀ ਲੋੜ ਹੈ। ਚਲੋ ਕਾਗਜ਼ ਦਾਖਲ ਕਰਾਉਣਾ ਵੀ ਹਰ ਇੱਕ ਦਾ ਅਧਿਕਾਰ ਹੈ, ਚੋਣ ਲੜਨਾ ਵੀ ਹਰ ਇੱਕ ਦਾ ਅਧਿਕਾਰ ਹੈ, ਦਾਅਵਾ ਕਰਨਾ ਵੀ ਹਰ ਇੱਕ ਦਾ ਅਧਿਕਾਰ ਹੈ। ਮੈਂ ਤਾਂ ਸੰਗਤ ਦੇ ਉੱਤੇ ਛੱਡਦਾ, ਮੇਰੇ ਤਾਂ ਇੱਕੋ ਇੱਕ ਹੈ ਕਿ ਮੈਂ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਹੈ ਅਤੇ ਮੇਰਾ ਖਿਆਲ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਮੇਰੀ ਕਾਰਗੁਜ਼ਾਰੀ ਦੇਖੀ, ਖਾਸ ਕਰਕੇ ਚਲੋ ਖੇਮਕਰਨ ਜਾਂ ਆਪਾਂ ਕਹਿ ਦਈਏ ਜ਼ਿਲ੍ਹਾ ਤਰਨ ਤਾਰਨ, ਇਹ ਤਾਂ ਮੈਨੂੰ ਨੇੜਿਓਂ ਦੇਖਿਆ ਹੈ, ਪਰ ਭਾਵੇਂ ਇਹਦੇ 'ਚ ਜੀਰਾ ਵੀ ਪੈਂਦਾ ਹੈ, ਸੁਲਤਾਨਪੁਰ ਲੋਧੀ ਵੀ ਪੈਂਦਾ ਹੈ, ਕਪੂਰਥਲਾ ਵੀ ਪੈਂਦਾ ਹੈ, ਇਹ ਤਰਨ ਤਾਰਨ ਤੋਂ ਬਾਹਰ ਜਿਹੜਾ ਬਾਬਾ ਬਕਾਲਾ ਅਤੇ ਜੰਡਿਆਲਾ ਵੀ ਪੈਂਦਾ, ਪਰ ਮੈਂ ਜਿੱਥੇ ਵੀ ਜਾਂਦਾ ਉਹ ਇਹੀ ਗੱਲ ਕਰਦੇ ਕਿ ਵਲਟੋਆ ਸਾਹਿਬ ਤੁਸੀਂ ਸਾਡੇ ਲਈ ਬਗਾਨੇ ਨਹੀਂ, ਤੁਸੀਂ ਭਾਵੇਂ ਸਾਨੂੰ ਨਹੀਂ ਪਛਾਣਦੇ ਪਰ ਅਸੀਂ ਤੁਹਾਨੂੰ ਅਤੇ ਤੁਹਾਡੇ ਕੰਮ ਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ। ਅਪਣੱਤ ਮਿਲਦੀ ਹੈ, ਉਤਸ਼ਾਹ ਮਿਲਦਾ ਹੈ, ਜੋਸ਼ ਮਿਲਦਾ ਆ, ਅਤੇ ਇਸ ਕਰਕੇ ਜਿਹੜਾ ਆ ਕੋਈ ਦਾਅਵਾ ਕੀ ਕਰੀ ਜਾਂਦਾ ਆ, ਮੇਰਾ ਦਾਅਵਾ ਇੱਕੋ ਹੀ ਹੈ ਕਿ ਮੈਂ ਕੇਂਦਰ ਦੀਆਂ ਚੂਲਾਂ ਹਿਲਾ ਕੇ ਰੱਖ ਔਰ ਮੇਰੀ ਟੱਕਰ ਕਿਸੇ ਨਾਲ ਨਹੀਂ, ਮੇਰੀ ਕੇਂਦਰ ਸਰਕਾਰ ਦੇ ਨਾਲ ਟੱਕਰ ਹੈ। ਦੇਖੋ ਜੀ, ਮੈਂ ਸਾਡੀ ਕੌਮ ਦੀ ਬਦਕਿਸਮਤੀ ਸਮਝਦਾ ਹਾਂ ਕਿ ਜੋ ਝੂਠ ਪਰੋਸ ਦਿੱਤਾ ਜਾਂਦਾ ਉਹਨੂੰ ਸੱਚ ਸਵੀਕਾਰ ਕਰ ਲਿਆ। 2017 ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਬੜੇ ਦਮਕ ਜਿਹੇ ਮਾਰੇ, ਝੂਠ ਬੋਲੇ ਅਤੇ ਸ਼ਰਮ ਦਿੱਤਾ ਸੀ, ਧੋਖਾ ਆ, ਪਰ ਲੋਕ ਉਹਦਾ ਸ਼ਿਕਾਰ ਹੋਏ ਤਾਂ ਲੋਕਾਂ ਨੇ ਧਾਤਾ ਕਰਕੇ ਕਾਂਗਰਸ ਦੀ ਸਰਕਾਰ ਬਣਾ ਦਿੱਤੀ, 80 MLA ਦੇ ਕਾਂਗਰਸ ਦੀ,
ਔਰ ਇਸ ਧਰਤੀ ਤੇ ਗੁਰਾਂ ਦੀ ਧਰਤੀ ਦੇ ਉੱਤੇ ਤਿੰਨ ਵਾਰਾਂ ਸਰਕਾਰ ਬਣ ਗਈ, ਜਿਹੜੀ ਕਿ ਮੇਰੇ ਵਰਗਿਆਂ ਲਈ ਵੀ ਸਾਰਿਆਂ ਲਈ ਨਮੋਸ਼ੀ ਵਾਲੀ ਗੱਲ। 2022 ਦੇ ਵਿੱਚ ਪੰਜਾਬੀਆਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਗਿਆ, ਝੂਠ ਪਰੋਸਿਆ ਗਿਆ, ਗਰੰਟੀਆਂ ਦਿੱਤੀਆਂ ਗਈਆਂ ਕੇਜਰੀਵਾਲ ਕੇਜਰੀਵਾਲ, ਅਸੀਂ ਸਾਰੇ ਤੇਰੇ ਨਾਲ, ਕਿਸੇ ਨੇ ਨਹੀਂ ਦੇਖਿਆ। ਤੇ ਮੈਂ ਇੱਕ ਗੱਲ ਜਿਹੜੀ ਹੈ, ਜਦੋਂ 2022 ਦੇ ਰਿਜ਼ਲਟ ਆਏ ਸੀ ਕਿ ਮੈਂ ਕਿਹਾ ਹੁਣ ਸ਼ਾਇਦ ਸੱਚ ਵੱਲ ਨੂੰ ਮੁੜਨਗੇ, ਮੈਂ ਕਿਹਾ ਹੁਣ ਬਥੇਰੀ ਹੋ ਗਈ। ਪਰ ਜਿਹੜੇ ਝੂਠ ਪਰੋਸਣ ਵਾਲੇ ਨੇ ਉਸ ਪਤਾ ਨਹੀਂ ਕਿੰਨੇ ਕੁ ਤੇਜ਼ ਹੈ। ਤੇ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਜਿਹੜੀਆਂ ਏਜੰਸੀਆਂ ਨੇ, ਜਿਹੜੀਆਂ ਪੰਜਾਬ ਤੇ ਪੰਥ ਵਿਰੋਧੀ ਨੇ ਜਾਂ ਪੰਥ ਵਿਰੋਧੀ ਤੇ ਪੰਜਾਬ ਵਿਰੋਧੀ ਸ਼ਕਤੀਆਂ ਨੇ ਜਿਹੜੀਆਂ, ਉਹਨਾਂ ਦਾ ਜ਼ੋਰ ਹੀ ਇਸੇ ਗੱਲ ਤੇ ਲੱਗਾ ਹੋਇਆ ਕਿ ਪੰਜਾਬੀਆਂ ਨੂੰ ਠੱਗਣਾ ਕਿਵੇਂ ਤੇ ਲੱਭਣਾ ਕਿਵੇਂ, ਝੂਠ ਕਿਵੇਂ ਪਰੋਸਣਾ ਹੈ ਤੇ ਗੁੰਮਰਾਹ ਕੁੰਨ ਕਿਵੇਂ ਉਹਨਾਂ ਦੇ ਅੱਗੇ ਪ੍ਰਚਾਰ ਕਰਨਾ, ਤੇ ਇਹ ਵੀ ਇੱਕ ਗੁੰਮਰਾਹ ਕੁੰਨ ਪ੍ਰਚਾਰ ਹੈ। ਸ਼ਰਿਆਮ ਦੁਨੀਆਂ ਦਾ ਕੋਈ ਕਾਨੂੰਨ ਨਹੀਂ, ਔਰ ਹਿੰਦੁਸਤਾਨ ਦਾ ਕੋਈ ਸੰਵਿਧਾਨਕ ਕੋਈ ਕਾਨੂੰਨੀ ਤੌਰ ਤੇ ਕਿਸੇ ਥਾਂ ਤੇ ਕੋਈ ਪ੍ਰੋਵਿਜ਼ਨ ਦਿਖਾ ਦਿਓ ਕਿ ਜੇ ਕੋਈ ਬੰਦਾ ਇਲੈਕਸ਼ਨ 'ਚ ਖੜਦਾ ਹੈ ਤੇ ਇਲੈਕਸ਼ਨ ਜਿੱਤ ਜਾਂਦਾ ਹੈ ਤੇ ਉਹਦੇ ਸਾਰੇ ਜਿਹੜੇ ਗੁਨਾਹ ਆ ਉਹ ਮਾਫ਼ ਹੋ ਜਾਂਦੇ ਹੈ ਤੇ ਉਹ ਬੰਦਾ ਬਾਹਰ ਆ ਜਾਂਦਾ। ਪਤਾ ਨਹੀਂ 1999 ਦੀਆਂ ਚੋਣਾਂ ਦੇ ਨਾਲ ਪਤਾ ਨਹੀਂ ਕਿੱਥੋਂ ਜੋੜ ਦਿੰਦੇ ਹੈ ਕਿ ਮਾਨ ਸਾਹਿਬ ਜਿੱਤ ਗਏ ਤੇ ਮਾਨ ਸਾਹਿਬ ਹਾਰ ਗਏ, ਮਾਨ ਸਾਹਿਬ ਤੇ 5 ਸਾਲ ਕੱਟ ਕੇ ਆਏ ਤੇ ਸਜ਼ਾ ਕੱਟਣੀ ਕਿਤੇ। ਹਾਂਜੀ, ਜੋ ਨਿਜ਼ਮ ਨੇ ਮਤਲਬ ਵੈਸੇ ਕਿੰਨਾ ਕਿੰਨਾ ਤੇ ਵੈਸੇ 5-6 ਮਹੀਨੇ ਤੱਕ ਵੈਸੇ ਬਾਹਰ ਆ ਜਾਣਾ। ਐਨਐਸਏ ਲੱਗੇ ਤੇ ਐਨਐਸਏ ਤੇ ਐਨਐਸਏ ਲਗਾਤਾਰ ਥੋੜੀ ਚੱਲਣੀ ਹੈ ਜੀ, ਲਗਾਤਾਰ ਥੋੜੀ ਐਨਐਸਏ ਚੱਲਦੀ ਹੈ। ਐਨਐਸਏ ਲੱਗ ਗਈ, ਕੱਟ ਲਈ, ਜਿਹੜੀ ਹੋਣ ਵਾਲੀ ਐਨਐਸਏ ਲੱਗੀ ਹੈ ਉਹ ਮੈਂ ਮਹਿਸੂਸ ਕਰਦਾ ਹਾਂ ਕਿ ਉਹ ਜਾਣ ਬੁੱਝ ਕੇ ਇੱਕ ਚਰਚਾ ਬਣਾਉਣ ਵਾਸਤੇ ਲਾਈ ਗਈ, ਜਾਣ ਬੁੱਝ ਕੇ ਇੱਕ ਹਾਈਪ ਕ੍ਰੀਏਟ ਕਰਨ ਵਾਸਤੇ, ਜਿਹੜੇ ਲੋਕ ਇੱਥੇ ਭਰਮ ਭੁਲੇਖਾ ਪੈਦਾ ਕਰਨਾ ਚਾਹੁੰਦੇ ਨੇ, ਚਾਹੇ ਕੇਂਦਰ ਸਰਕਾਰ ਗਿਣ ਲਓ, ਚਾਹੇ ਕੇਂਦਰੀ ਏਜੰਸੀਆਂ ਗਿਣ ਲਓ, ਜਿਨ੍ਹਾਂ ਦੇ ਦਬਾਅ ਦੇ ਤਹਿਤ ਪੰਜਾਬ ਸਰਕਾਰ ਨੇ ਇਸ ਐਨਐਸਏ ਵਿੱਚ ਵਾਧਾ ਕੀਤਾ, ਤੇ ਮੇਰਾ ਖਿਆਲ ਹੈ ਕਿ ਅਬਲ ਤੇ ਐਡਵਾਈਜ਼ਰੀ ਬੋਰਡ ਤੋੜ ਦੂਗਾ, ਨਹੀਂ ਤੇ ਹਾਈ ਕੋਰਟ 'ਚ ਤਾਂ ਟਿਕਦੀ ਨਹੀਂ ਜੀ। ਤੇ ਉਸ ਤੋਂ ਬਾਅਦ 307 ਦਾ ਮੁਕਦਮਾ ਜਿਹੜੀ ਮੇਰਾ ਆ ਚਲਾਓਗੇ ਅਗਲੇ ਦਿਨ ਜ਼ਮਾਨਤ ਹੋ ਜਾਂਦੀ ਹੈ। ਤੇ ਇਸ ਦਾ ਮਤਲਬ ਜਿਹੜਾ ਆ ਮੋਟੀ ਜੀ ਗੱਲ ਜਿਹੜੀ ਹੈ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਦੁਨੀਆਂ ਦਾ ਕੋਈ ਬੰਦਾ ਲੈ ਆਓ ਜਾਂ ਮਾਨ ਸਾਹਿਬ ਹੀ ਕਹਿ ਦੇਣ ਕਿ ਮੈਂ MP ਬਣ ਗਿਆ ਸੀ ਤੇ ਮੈਂ ਤਦ ਬਾਹਰ ਆਇਆ। ਹਾਂਜੀ, ਤੇ ਜੇ MP ਬਣਨ ਦੇ ਨਾਲ ਪਹਿਲੀ ਤਾਂ ਗੱਲ ਤਿੰਨ ਰਾਮ ਮਾਨ ਸਾਹਿਬ ਨੂੰ MP ਬਣਾਤਾ, ਮਾਨ ਸਾਹਿਬ ਇੱਕ ਕੰਮ ਗਿਣਾ ਦੇਣ ਜਿਹੜਾ ਉਹਨਾਂ ਨੇ ਕੌਮ ਦੇ ਪੰਥ ਦੇ ਪੰਜਾਬ ਦੇ ਭਲੇ ਵਾਸਤੇ ਕੀਤਾ, ਉਹ ਗਿਣਾ ਦੇਣ। MP ਬਣ ਜਾਣਾ ਲੋਕਾਂ ਦੇ ਇਮੋਸ਼ਨਲ ਦੇ ਨਾਲ, ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਤੁਸੀਂ ਸਵਾਲ ਵੱਡੇ ਖੜੇ ਕਰਕੇ, ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਕਹਿੰਦੇ ਅੰਮ੍ਰਿਤਪਾਲ, ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਜਿਹੜਾ ਇਲੈਕਸ਼ਨ ਮੈਦਾਨ ਚ ਹੀ ਆ ਗਿਆ। ਗੱਲ ਸਟੈਂਡ ਦੀ ਹੈ, ਮੈਂ ਤਾਂ ਇਹਨਾਂ ਦੱਸੂਗਾ ਕਿ ਮੇਰੇ 40-45 ਸਾਲ ਮੈਨੂੰ ਹੋ ਗਏ ਆ, 15 ਸਾਲ ਦਾ ਸੀ ਜਾਂਦਾ ਮੈਂ ਤੁਰਿਆ, ਤੇ 15 ਸਾਲ ਦੀ ਉਮਰ ਚ ਜੋ ਸੋਚਿਆ ਸੀ, ਜਿਹੜਾ ਕਦਮ ਪੁੱਟਿਆ ਸੀ, ਅੱਜ ਤੋਂ ਪਛਾਣ ਨਹੀਂ ਕੀਤਾ, ਗਾਂਹ ਭਾਵੇਂ ਲੈ ਕੇ ਗਏ ਰਹੀ ਹੈ, ਆਪਦੇ ਸਟੈਂਡ ਤੋਂ ਕਦੇ ਥਿੜਕੇ ਨਹੀਂ, ਭਾਵੇਂ ਅਗਲੇ ਬੰਨੇ ਜਿਹੜਾ ਮਰਜ਼ੀ ਖੜੋਤਾ ਹੋਵੇ, ਆਵਾਜ਼ਾਂ ਬੁਲੰਦ ਕੀਤੀਆਂ ਨੇ, ਜੇਲ੍ਹਾਂ ਕੱਟੀਆਂ ਨੇ, ਤਸੀਹੇ ਝੱਲੇ ਨੇ, ਔਰ ਜੇਲ੍ਹਾਂ ਵੀ ਇਹੋ ਜਿਹੀਆਂ ਕੱਟੀਆਂ ਨੇ ਜਿਹੜਾ ਕਦੇ ਸੁਪਨੇ ਚ ਕੋਈ ਨਹੀਂ ਸੋਚ ਸਕਦਾ। ਮੇਰਾ ਤਾਂ 36 ਸਾਲਾਂ ਬਾਅਦ ਤੁਹਾਡੇ ਸਾਹਮਣੇ ਹੀ, ਤੁਸੀਂ ਇੱਥੇ ਮੇਰੀਆਂ ਤਰੀਕਾਂ ਤੇ ਆਉਂਦੇ ਹੁੰਦੇ, 36 ਸਾਲ ਬਾਅਦ 302 ਦਾ ਮੇਰਾ ਕੇਸ ਕੱਢ ਕੇ ਅਗਲੇ ਚਲਾਤਾ, ਕਦੀ ਮੇਰੇ ਇੱਕ ਦਿਨ ਮੂੰਹ ਤੇ ਕਦੀ ਮਜੂਸੀ ਦੇਖੀ, ਜੇ ਦੇਖੀ ਦੱਸ ਦਿਓ, ਅਸੀਂ ਤੇ ਉਹ ਲੋਕ ਹੈ ਯਾਰ। ਹਾਂਜੀ, ਤੇ ਬਾਕੀ ਰਹਿ ਗਈ
ਕੌਣ ਸੰਵਿਧਾਨ ਨੂੰ ਮੰਨਦਾ ਨਾ ਮੰਨਣ ਦਾ ਦਾਅਵਾ ਕਰਦਾ ਸੀ, ਕਿਹੜਾ ਅੱਜ ਮੰਨੀ ਜਾਂਦਾ ਆ? ਯੈਸ ਸਟੈਂਡ। ਹੁਣ ਮੈਂ ਸਰਦਾਰ ਤਰਸੇਮ ਸਿੰਘ ਹੋਰਾਂ ਦੀ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ, ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿੰਦੇ ਜੀ, ਜੇ ਅੰਮ੍ਰਿਤਪਾਲ ਸਿੰਘ ਮੇਨ ਸਟ੍ਰੀਮ 'ਚ ਆ ਰਿਹਾ ਹੈ, ਮੁੱਖ ਧਾਰਾ 'ਚ ਆ ਰਿਹਾ ਹੈ, ਤਾਂ ਤੁਹਾਨੂੰ ਪੀੜ ਕਿਉਂ ਹੁੰਦੀ ਹੈ? ਅਤੇ ਮਤਲਬ ਤੁਸੀਂ ਕੋਈ ਰੌਲਾ ਪਾਉਂਦੇ ਜੀ। ਹਾਂਜੀ, ਹੁਣ ਜਦੋਂ ਬਾਪ ਨੇ ਕਿਹਾ ਤਾ ਕਿ ਸਾਡਾ ਮਤਲਬ ਬੱਚਾ ਜਿਹੜਾ ਮੁੱਖ ਧਾਰਾ 'ਚ ਆ ਰਿਹਾ ਹੈ, ਅਤੇ ਮੈਂ ਤਾਂ ਮੁੱਖ ਧਾਰਾ ਦੇ ਵਿਰੁੱਧ ਨਹੀਂ ਗਿਆ, ਮੈਂ ਤਾਂ ਮੁੱਖ ਧਾਰਾ ਦੇ ਹੱਕ 'ਚ ਹੀ ਹਾਂ। ਭਾਈ ਅਸੀਂ ਬੜਾ ਕੁਛ ਵੇਖ ਲਿਆ ਆ, ਸਾਡਾ ਤਜਰਬਾ, ਪੰਜਾਬ ਤਰੱਕੀ ਤਦ ਕਰੂ ਜੇ ਇੱਥੇ ਅਮਨ ਅਤੇ ਚੈਨ, ਇੱਥੇ ਸੁੱਖ ਸ਼ਾਂਤੀ ਹੈ, ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੈ। ਵਿਰਸਾ ਸਿੰਘ ਮਲਟੋਹਾ ਇਸ ਗੱਲ ਦੀ ਮਤਲਬ ਲੈ ਕੇ ਚੱਲਦਾ ਆ। ਔਰ ਜੇ ਕੋਈ ਭਾਵੇਂ ਕੱਲ੍ਹ ਕਿੱਥੇ ਖੜੋਤਾ ਸੀ, ਅੱਜ ਕਿੱਥੇ ਖੜੋਤਾ ਆ, ਜੇ ਕੱਲ੍ਹ ਵੀ ਉਹ ਮੁੱਖ ਧਾਰਾ ਦੇ ਨਾਲ ਜੁੜਦਾ ਆ, ਪਰ ਆਪਦੀ ਸਿੱਖੀ ਪ੍ਰਤੀ ਦ੍ਰਿੜਤਾ, ਪੰਥ ਪ੍ਰਤੀ ਵਫਾਦਾਰੀ ਅਤੇ ਪੰਜਾਬ ਪ੍ਰਤੀ ਵਫਾਦਾਰੀ ਰੱਖਦਾ ਹੈ, ਅਤੇ ਵਿਰਸਾ ਸਿੰਘ ਮਲਟੋਹਾ ਨੂੰ ਆਪਣਾ ਭਰਾ ਗਿਣਦਾ ਹੈ।